ਤਰੀਕ ਨੂੰ ਆ ਜਾਓ ਬਈ ਸ਼ੰਭੂ ਬਾਰਡਰ ਸਵੇਰੇ 10 ਵਜੇ ਆਪਾਂ ਪੱਕਾ ਮੋਰਚਾ ਕੱਢਣਾ ਅਸੀਂ ਮੋਦੀ ਜੀ ਨੂੰ ਵੀ ਸਵਾਲ ਕਰਦੇ ਹਾਂ ਵੀ ਹੇ ਗਿਆਨੇਸ਼ਵਰ ਹੇ ਮੋਦੀ ਇਹ ਰਾਮਰਾਜ ਆ ਇਹ ਨਿਆਂਪਾਲਿਕਾ ਇਹ ਸਭ ਕੁਛ ਦੇ ਰਹੇ ਹੋ ਸਾਨੂੰ ਅਸੀਂ ਲੜਾਂਗੇ ਅਸੀਂ ਅੜਾਂਗੇ ਅਸੀਂ ਖੜਾਂਗੇ ਆਪਦੀ ਆਵਾਜ਼ ਦਿੱਲੀ ਤਾਈਂ ਲੈ ਕੇ ਜਾਵਾਂਗੇ ਇੱਕ ਬੱਚੀ ਦਾ ਬਲਾਤਕਾਰ ਕਰਕੇ ਉਹਨੂੰ ਮਾਰ ਕੇ ਰੀੜ ਦੀ ਹੱਡੀ ਤੋੜ ਕੇ ਉਹਦੀ ਜੀਭ ਕੱਟ ਤੇ ਸਿੱਟ ਦਿੱਤਾ ਜਾਂਦਾ ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਿੱਥੇ ਸੜਕਾਂ ਤੇ ਉਤਰੇ ਹੋਏ ਨੇ ਉੱਥੇ ਹੀ ਪੰਜਾਬੀ ਕਲਾਕਾਰਾਂ ਅਦਾਕਾਰਾਂ ਵੱਲੋਂ ਵੀ ਕਿਸਾਨਾਂ ਦੇ ਹੱਕ 'ਚ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਦਾਕਾਰ ਦੀਪ ਸਿੱਧੂ ਵੱਲੋਂ 4 ਅਕਤੂਬਰ ਨੂੰ ਸ਼ੰਭੂ ਬਾਰਡਰ ਤੇ ਮੋਦੀ ਸਰਕਾਰ ਖਿਲਾਫ ਪੱਕਾ ਮੋਰਚਾ ਲਗਾਉਣ ਦਾ ਵੱਡਾ ਐਲਾਨ ਕੀਤਾ ਗਿਆ ਹੈ ਦੀਪ ਸਿੱਧੂ ਵੱਲੋਂ ਇਸ ਮੋਰਚੇ 'ਚ ਆਉਣ ਲਈ ਪੰਜਾਬ ਸਣੇ ਹਰਿਆਣਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਗੱਲ ਆਪਾਂ ਕਰ ਰਹੇ ਸੀ ਬਾਬਰੀ ਮਸਜਿਦ ਦੇ ਫੈਸਲੇ ਦੀ ਫੈਸਲਾ ਐਡਾ ਹੈਰਾਨੀਜਨਕ ਆ ਵੀ ਬਾਬਰੀ ਮਸਜਿਦ ਢਾਈ ਕੀ ਨੇ ਇਹ ਨਹੀਂ ਪਤਾ ਢਾਈ ਹੀ ਜ਼ਰੂਰ ਆ ਪਰ ਢਾਈ ਕੀ ਨੇ ਇਹ ਨਹੀਂ ਪਤਾ ਕਿਹਨੇ ਢਾਤੀ ਹਵਾ ਨੇ ਢਾਤੀ ਕੋਈ ਹਨੇਰੀ ਆ ਗਈ ਹੋਣੀ ਆ ਸੋ ਇਹਨਾਂ ਗੱਲਾਂ ਨੂੰ ਦੇਖ ਕੇ ਅਸੀਂ ਮੋਦੀ ਜੀ ਨੂੰ ਵੀ ਸਵਾਲ ਕਰਦੇ ਹਾਂ ਵੀ ਹੇ ਗਿਆਨੇਸ਼ਵਰ ਹੇ ਮੋਦੀ ਇਹ ਰਾਮਰਾਜ ਆ ਇਹ ਨਿਆਂਪਾਲਿਕਾ ਇਹ ਸਭ ਕੁਛ ਦੇ ਰਹੇ ਹੋ ਸਾਨੂੰ ਅਸੀਂ ਲੜਾਂਗੇ ਅਸੀਂ ਅੜਾਂਗੇ ਅਸੀਂ ਖੜਾਂਗੇ ਆਪਦੀ ਆਵਾਜ਼ ਦਿੱਲੀ ਤਾਈਂ ਲੈ ਕੇ ਜਾਵਾਂਗੇ ਗੱਲ ਐਂ ਆ ਵੀ ਜੇ ਹੁਣ ਇੱਥੇ ਰੁਕ ਗਏ ਮਿੱਤਰੋ ਜੇ ਸਿਰਫ MSPਆਂ ਲੈਣ ਤੱਕ ਰਹਿ ਗਏ ਫਿਰ ਹੋਰ ਕਾਲੇ ਕਾਨੂੰਨ ਆਉਣਗੇ ਸਾਡੀ ਧਰਤੀ ਸਾਡੀਆਂ ਜ਼ਮੀਨਾਂ ਸਾਡਾ ਸਭ ਕੁਛ ਲੈ ਜਾਣਗੇ ਸੋ ਆਰ ਪਾਰ ਦੀ ਲੜਾਈ ਆ 4 ਤਰੀਕ ਸ਼ੰਭੂ ਬਾਰਡਰ ਆ ਜਾਓ ਬਾਈ ਆ ਜਾਓ ਇੱਧਰ ਆ ਜਾਓ ਸੋ 10 ਵਜੇ ਸਵੇਰੇ ਸੱਦਾ ਦਿੰਦੇ ਹਾਂ ਪੱਕਾ ਮੋਰਚਾ ਕੱਢਾਂਗੇ ਮੋਰਚੇ ਦਾ ਨਾਂ ਕੀ ਆ ਤੁਸੀਂ ਸੁਜੈਸਟ ਕਰੋ ਨੰਬਰ ਤੁਸੀਂ ਭੇਜੋ ਦੀਪ ਸਿੱਧੂ ਨੇ ਕਿਹਾ ਹੈ ਕਿ ਹੁਣ ਉਹ ਸਿਰਫ MSP ਤੱਕ ਹੀ ਸੀਮਤ ਨਹੀਂ ਰਹਿਣਗੇ ਤੇ ਉਹਨਾਂ ਵੱਲੋਂ ਪੰਜਾਬ ਦੇ ਹੱਕਾਂ ਲਈ ਆਰ ਪਾਰ ਦੀ ਲੜਾਈ ਲੜੀ ਜਾਵੇਗੀ ਉਹਨਾਂ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਹੁਣ ਖੇਤੀ ਕਾਨੂੰਨਾਂ ਨੂੰ ਬਣਾ ਕੇ ਕਿਸਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ ਇਸ ਦੌਰਾਨ ਅਦਾਕਾਰ ਦੀਪ ਸਿੱਧੂ ਵੱਲੋਂ UP 'ਚ ਇੱਕ ਬੱਚੀ ਨਾਲ ਕੀਤੇ ਗਏ ਬਲਾਤਕਾਰ ਤੇ ਵੀ ਅਦਿੱਤਿਆ ਨਾਥ ਯੋਗੀ ਨੂੰ ਲਾਂਤਾਂ ਵੀ ਪਾਈਆਂ ਗਈਆਂ ਜਿਹਨੇ ਆਰ ਪਾਰ ਦੀ ਲੜਨੀ ਆ ਉਹ ਆ ਜੇ ਉੱਥੇ ਜਿਹਦੀ ਜ਼ਮੀਰ ਜਾਗਦੀ ਆ ਉਹ ਆ ਜੇ ਉੱਥੇ ਜਿਹੜੀ ਸਾਡੀ ਕੋਈ ਧਿਰਾ ਜਾਂ ਜਿਹੜਾ ਸਾਡਾ ਬੰਦਾ ਇਹ ਗੱਲ ਸਮਝਦਾ ਵੀ ਲੜਾਈ ਇਕੱਲੀ MSP ਦੀ ਨਹੀਂ ਆ ਉਹ ਆ ਜੇ ਉੱਥੇ ਕਿਉਂ ਕਿਉਂਕਿ ਕਿਵੇਂ ਇੱਥੋਂ ਤੱਕ ਪਹੁੰਚੇ ਸਾਡੀਆਂ ਜ਼ਮੀਨਾਂ ਤੱਕ ਸਾਡੀ ਧਰਤੀ ਤਾਈਂ ਸਾਡੀ ਹੋਂਦ ਤੱਕ ਕਿਵੇਂ ਪਹੁੰਚੇ ਪੰਜਾਬ ਦੀ ਹੋਂਦ ਦੀ ਲੜਾਈ ਕਿਉਂ ਆ ਪੰਜਾਬੀਆਂ ਦੀ ਹੋਂਦ ਦੀ ਲੜਾਈ ਕਿਉਂ ਆ ਕਿਉਂਕਿ ਦਿੱਲੀ ਨੇ ਸਾਡੇ ਨਾਲ ਹਮੇਸ਼ਾ ਹੀ ਸਿੰਗ ਫਸਾਏ ਆ ਇਹਨਾਂ ਨੇ ਪੰਜਾਬ ਨੂੰ ਹਮੇਸ਼ਾ ਆਪਦੇ ਹੱਥ 'ਚ ਆਪਦੇ ਗਲਬੇ 'ਚ ਇਹਦੇ 'ਤੇ ਗਲਬਾ ਪਾਉਣਾ ਚਾਹਿਆ ਪਹਿਲਾਂ ਸ਼ੁਰੂਆਤ ਇੱਥੋਂ ਹੋਈ ਪੰਜਾਬ ਨੂੰ ਆਰਥਿਕ ਪੱਖੋਂ ਮਾਰੋ ਅੱਛਾ ਉਹਦੇ ਨਾਲ ਵੀ ਕੁਛ ਨਹੀਂ ਬਣਿਆ ਪੰਜਾਬ ਨੂੰ ਸਿੱਖ ਅਤੇ ਹਿੰਦੂ ਕਰ ਦਿਓ ਇੱਥੇ ਉਹਦੇ ਨਾਲ ਵੀ ਕੁਛ ਨਹੀਂ ਬਣਿਆ ਉਦੋਂ ਬਾਅਦ ਸਾਡੀ ਮਾਂ ਬੋਲੀ ਸਾਡੇ ਇਤਿਹਾਸ ਨੂੰ ਬਦਲੋ ਅੱਛਾ ਉਹਦੇ ਨਾਲ ਵੀ ਨਹੀਂ ਕੁਛ ਬਣਿਆ ਫਿਰ ਸਾਡੀਆਂ ਸੰਸਥਾਵਾਂ ਦਮਦਮੀ ਟਕਸਾਲ SGPC ਜਾਂ ਖੇਤਰੀ ਪਾਰਟੀਆਂ ਨੂੰ ਆਪਦੇ ਨਾਲ ਰਲਾ ਕੇ ਉਹਨਾਂ 'ਤੇ ਕਬਜ਼ਾ ਕਰੋ ਅੱਛਾ ਉਹਦੇ ਨਾਲ ਵੀ ਕੁਛ ਨਹੀਂ ਬਣਿਆ ਗੁਰਦੁਆਰਿਆਂ 'ਤੇ ਕਬਜ਼ਾ ਕਰੋ ਉਹਦੇ ਨਾਲ ਵੀ ਕੁਛ ਨਹੀਂ ਬਣਿਆ ਫਿਰ ਇਹਨਾਂ ਨੇ ਸਿਰ ਜੋੜ ਕੇ ਬੈਠੇ ਅਗਲੀ ਗੱਲ ਸੋਚੀ ਦਿੱਲੀ ਨੇ ਵੀ ਹੁਣ ਕੀ ਕੀਤਾ ਜਾਵੇ ਇਹਨਾਂ ਨੇ ਕਿਹਾ ਇਹਨਾਂ ਦੇ ਫਲਸਫੇ 'ਤੇ ਗ੍ਰੰਥਾਂ 'ਤੇ ਹਮਲਾ ਕਰੋ ਸਾਡੇ 'ਚ ਰੋਹ ਜਾਗ ਗਿਆ ਅਸੀਂ ਆਪਦੀ ਹੋਂਦ 'ਤੇ ਆਉਣ ਲੱਗ ਗਏ ਆਪਦੀ ਹੋਂਦ ਦੀ ਗੱਲ ਕਰਨ ਲੱਗ ਗਏ ਅਗਲੀ ਮਾਰ ਕਿੱਥੇ ਮਾਰੀ ਵੀ ਇਹ ਧਰਤੀ ਨਾਲ ਜੁੜੇ ਹੋਏ ਆ ਇਹ ਤਾਂ ਜ਼ੀਰੋ ਤੋਂ
हीरो बन जाते हैं रातें रात ही। इन्हों नशे नाल भी मार के शंभू बार्डर से जड़े खड़े से दिल्ली हैरान हो गई भी ये तो असी नशिया च मारते से ये कितों आ गए। सो साड़ी धरती ते गल आ गई इहोजे बिल इहोजे काले कानून इहोजे ऑर्डिनेंसिस लैके आओ भी इन्हों की धरती खोलो साढ़े गले नूं हाथ पालिया साड़ी सैल्फ प्राइड ते गल आ गई। जदों साड़ी सैल्फ प्राइड ते गल आ जांदी आ जदों गलमियां नूं हाथ पैंदे आ तां रोह पैदा हुंदा उभार आउंदा अंदोलन पैदा हुंदे आ असी दिल्ली नूं वंगारन लग गए। हुण गल एस पी दे नहीं रहेगी गल कली एम एस पी की है ही नहीं। एम एस पी मिलन नाल किसानां दीआं खुदकुशियां रुक जाणगीआं एम एस पी मिलन नाल किसानां दे करजे माफ हो जाणगे किसानां दीआं लिमटां दित्तीआं जाणगीआं किसानां दी दुरदशा मजदूरां दी दुरदशा उन्हां दा शोषण ते उन्हां दे नाल लुट कसुट रुक जूगी वध जूगी। आ तुहाडे कोले अज दी एग्जाम्पल आ हरियाणे वालिआं ने भाजपा की सरकार आ पंजाब की फसल उत्थे वेचनो हरियाणा सरकार ने राइस मिलां नूं उन्हां नूं मनाही करती उन्हां ते पाबंदी लाती किहड़ा एक देश एक मंडी की गल करते एम एस पी की गल करते ये तां कूणी ते गुड़ लाउणगे कूणी ते गुड़ ला के ना असी चट सकीए ते ना छड सकीए। सो जिहड़ा बंदा जागरूक आ जिहदी जमीर जागदी आ 4 तरीक नूं आ जाओ बई शंभू बॉर्डर सवेरे 10 बजे आपां पक्का मोर्चा कढ़ना ते मोर्चे दा नां की होऊगा उहदा सरनामा की होऊगा इह सुजैसट करो। अगली गल मैं जिहड़ी करनी चाहुणा इत्थे देखो इह फर्शीवाद आ बड़ा तकड़ा फर्शीवाद आ यूपी च आ योगी दी सरकार आ एक बच्ची नाल की होया उत्थे एक बच्ची दा बलात्कार करके उहनूं मार के रीढ़ दी हड्डी तोड़ के उहदी जीभ कट ते सिट दिता जाता पुलिस उहदे घरदिआं नूं घरे ताड़ के रखदी आ ते संस्कार कर दिंदी आ उहनां क्रिमिनल्स नूं बचाउण वास्ते। हुण इह तां रामराज दी गल करदे सी हे योगी हे सन्यासी इह रामराज आ इह रामराज आ इहदा जवाब दिओ। दस दिए कि किसान सुधार कानूनों नूं रद्द करवाउण लई किसान जथेबंदियां वल्लों 1 अक्टूबर यानी कि अज तों अणमिथे समें लई रेल रोको अंदोलन शुरू कर दित्ते गए ने। इस दे नाल ही पंजाबी गायकां ते अदाकारां वल्लों भी 4 अक्टूबर तों शंभू बार्डर ते केंद्र सरकार खिलाफ पक्का मोर्चा लगाउण दा वड्डा ऐलान कीता गया है। फिलहाल इन्हां प्रदर्शनां दे की नतीजे निकल के सामने आउंदे ने इह तां आउण वाला समां ही दसेगा। ब्यूरो रिपोर्ट पंजाबी लोक चैनल।